ਰਾਜਿਆਂ ਦੇ ਰਾਜੇ। ਮਹਾਰਾਜ ਕਹਿੰਦੇ ਜਿਹਦੇ ਸਿਰ ਤੇ ਹੋ ਗਿਆ ਨਾ, ਫਿਰ ਨਿਸ਼ਕਾਮ ਹੋ ਕੇ ਭਗਤੀ ਕਰੇ। ਬਲ ਕਿਵੇਂ ਹੋਵੇ, ਕਿਵੇਂ ਮਿਹਰ ਕਰਦਾ ਹੈ? ਕਹਿੰਦੇ ਆਪਣੀ ਬਖਸ਼ਿਸ਼ ਵਰਤਾਉਂਦਾ ਜੇ ਕੋਈ ਨਿਸ਼ਕਾਮ ਹੋ ਕੇ ਭਗਤੀ ਕਰੇ। ਦੋ ਪ੍ਰਕਾਰ ਦੀ ਸੇਵਾ ਜੀ, ਇੱਕ ਸਹਿਕਾਮ ਇੱਕ ਨਿਸ਼ਕਾਮ। ਸਹਿਕਾਮ ਤੋਂ ਭਾਵ ਹੁੰਦਾ ਵੀ ਕਾਮਨਾ ਰੱਖ ਲੈਣੀ ਵੀ ਮਹਾਰਾਜ ਜੀ ਮੈਂ ਸਵਾ ਮਹੀਨਾ ਸੁਖਮਣੀ ਸਾਹਿਬ ਦੇ ਪਾਠ ਕਰਾਂਗਾ ਜੀ, ਦਵਾਈ ਨਹੀਂ ਅਸਰ ਕਰਦੀ, ਕਿਰਪਾ ਕਰਿਓ ਤੁਹਾਡੀ ਬਖਸ਼ਿਸ਼ ਵਰਤੇ। ਕੋਈ ਸ਼ੱਕ ਨਹੀਂ ਇਸ ਗੱਲ 'ਚ, ਕੋਈ ਦੋ ਰਾਏ ਨਹੀਂ। ਜੇ ਕੋਈ ਬੰਦਾ ਕਾਮਨਾ ਰੱਖ ਕੇ ਵੀ ਬਾਣੀ ਪੜ੍ਹੇ, ਬਾਣੀ ਇੱਛਾ ਪੂਰੀ ਕਰਦੀ ਹੈ। ਬੜੇ ਇੱਦਾਂ ਦੇ ਮਿਲਦੇ ਆ ਜਿਹੜੇ ਕਹਿੰਦੇ ਨੇ ਵੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਗੁਰੂ ਰਾਮਦਾਸ ਜੀ ਨੇ ਹਾਮੀ ਭਰਤੀ, ਆਖੋ ਸਤਨਾਮ। ਬੜੇ, ਕੋਈ ਘਾਟਾ ਨਹੀਂ ਇਹਨਾਂ ਦਾ, ਗਿਣਤੀ ਕੀਤੇ ਤੇ ਗਿਣੇ ਨਹੀਂ ਜਾਣੇ। ਕਹਿੰਦੇ ਨੇ ਜੀ ਦਵਾਈ ਨਹੀਂ ਸੀ ਲੱਗਦੀ, ਜਪਜੀ ਸਾਹਿਬ ਦਾ ਪਾਠ ਕਰਕੇ ਦਵਾਈ ਲੈਂਦੇ ਸੀ, ਦਵਾਈ ਵੀ ਅਸਰ ਕਰਨ ਲੱਗ ਗਈ। ਕਿਉਂਕਿ ਸਾਡੇ ਕੋਲ ਪੈਸਾ ਹੈ, ਪੈਸੇ ਨਾਲ ਦਵਾਈ ਲੈ ਸਕਦੇ ਹਾਂ। ਤੰਦਰੁਸਤੀ ਗੁਰੂ ਨਾਨਕ ਦੇ ਹੱਥ ਹੈ, ਪੈਸੇ ਨਾਲ ਮਹਿੰਗਾ ਗੱਦਾ ਲੈ ਸਕਦੇ ਹਾਂ, ਪਰ ਗੁਰਮੁਖੋ ਨੀਂਦ ਉਹਨੇ ਦੇਣੀ ਹੈ, ਸੁੱਖ ਸਬਰ ਵਾਹਿਗੁਰੂ ਨੇ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਸਹਿਕਾਮ ਭਗਤੀ ਕਰ ਲਵੇ ਬੰਦਾ, ਉਹ ਵੀ ਚੰਗੀ ਹੈ, ਪਰ ਜੇ ਨਿਸ਼ਕਾਮ ਕਰੇ ਉਹ ਇਉਂ ਹੈ ਜਿਵੇਂ ਪੁੱਤ ਪਿਓ ਕੋਲ ਗਿਆ, ਜਾ ਕੇ ਕਹਿੰਦਾ ਵੀ ਮੈਂ 20 ਰੁਪਈਏ ਲੈਣੇ ਬਾਪੂ ਤੋਂ। 20 ਰੁਪਈਆਂ ਦੀ ਇੱਛਾ ਰੱਖ ਕੇ ਬੜਾ ਔਖਾ, ਜੀ ਵੀ ਨਾ ਕਰੇ ਮੰਗਣ ਨੂੰ, ਪਰ ਮੰਗਣਾ ਵੀ ਪਿਆ, ਪਿਤਾ ਜੀ ਮੈਨੂੰ 20 ਰੁਪਈਏ ਦਿਓ। ਪਿਓ ਕਹਿੰਦਾ ਇੰਜ ਕਰ, ਪਹਿਲਾਂ 80 ਕੱਢ। ਕਹਿੰਦਾ ਜੀ 80 ਕਿਉਂ? ਕਹਿੰਦਾ ਮੈਂ ਤੈਨੂੰ 100 ਦੇਣੇ ਸੀ, ਤੈਨੂੰ 20 ਚਾਹੀਦੇ। ਆਖੋ ਸਤਨਾਮ, ਵਾਹਿਗੁਰੂ। ਘਾਟੇ 'ਚ ਰਹਿ ਜਾਂਦੇ ਕਾਮਨਾ ਰੱਖ ਕੇ, ਕੀ ਪਤਾ ਸੀ 10 ਮੰਗਦੇ ਹਾਂ ਮਹਾਰਾਜ ਨੇ 100 ਦੇਣੇ ਆ, ਜਾਂ ਸਾਨੂੰ ਮੰਗਣ ਦਾ ਨਹੀਂ ਪਤਾ, ਉਹਨੇ ਜਿਹੜਾ ਕਰਨਾ ਸਾਡਾ ਭਲਾ ਉਹਦੇ ਵਿੱਚ ਹੈ। ਸਤਿਗੁਰੂ ਦੀ ਰਜ਼ਾ ਵਿੱਚ ਮਿਹਰ ਹੋਣੀ ਹੈ। ਕਾਮਨਾ ਰਹਿਤ ਜਿਹੜੀ ਗੁਰਮੁਖੋ ਭਗਤੀ ਹੈ ਨਾ, ਜਿਹਨੂੰ ਨਿਸ਼ਕਾਮ ਕਹਿੰਦੇ ਆਪਾਂ, ਇਹਦਾ ਬਹੁਤ ਵੱਡਾ ਫਲ ਹੈ। ਇੱਕ ਗਰੀਬ ਬੱਚਾ ਆਪਦੀ ਮਾਂ ਨੂੰ ਨਾ, ਗਰੀਬੀ ਬਹੁਤ ਹੈ ਘਰ ਵਿੱਚ, ਆਪਣੀ ਮਾਂ ਨੂੰ ਕਹਿੰਦਾ ਮਾਂ ਮੈਂ ਰਾਜਾ ਵੇਖਣਾ, ਰਾਜਿਆਂ ਦੀ ਬੜੀ ਮਹਿਮਾ ਸੁਣੀ ਹੈ ਵੀ ਰਾਜਾ ਇੱਦਾਂ ਕਰ ਦਿੰਦਾ, ਰਾਜੇ ਦੇ ਅਧੀਨ ਹੁੰਦੇ ਨੇ ਸਾਰੇ। ਮਾਂ ਮੈਂ ਰਾਜਾ ਵੇਖਣਾ। ਉਹਦੀ ਮਾਂ ਕਹਿੰਦੀ ਪੁੱਤਰਾ ਜੇ ਰਾਜਾ ਵੇਖਣਾ ਹੀ ਨਾ ਤੇ ਇਹ ਜਨਮ ਭੁੱਲ ਜਾ, ਆਪਾਂ ਬਹੁਤ ਗਰੀਬ ਲੋਕ ਹਾਂ, ਅਸੀਂ ਰਾਜੇ ਨੂੰ ਨਹੀਂ ਮਿਲ ਸਕਦੇ। ਕਹਿੰਦਾ ਮਾਂ ਕਿਉਂ ਨਹੀਂ ਮਿਲ ਸਕਦੇ? ਕਹਿੰਦੀ ਪੁੱਤਰਾ ਆਪਾਂ ਬਹੁਤ ਗਰੀਬ ਹਾਂ, ਉਹ ਬਹੁਤ ਅਮੀਰ ਹੈ, ਅਸੀਂ ਛੋਟੇ ਜਿਹੇ ਲੋਕ ਹਾਂ, ਉਹ ਬਹੁਤ ਵੱਡਾ ਹੈ। ਸਾਡੀ ਅਦਾਰਾ, ਸਾਡੀ ਵਿੱਥ ਜਿਹੜੀ ਥੋੜ੍ਹੀ ਹੈ, ਉਹਦੇ ਪਤਾ ਨਹੀਂ ਕਿੰਨੇ ਕੁ ਲੋਕ ਉਹਨੂੰ ਰੋਜ਼ ਮਿਲਦੇ ਨੇ, ਕਈ ਕਈ ਮਹੀਨੇ ਟਾਈਮ ਲੈਂਦੇ ਨੇ ਪਹਿਲਾਂ ਤਾਂ ਕਿਤੇ ਜਾ ਕੇ ਉਹ ਮਿਲਦਾ। ਮਾਂ ਨੂੰ ਕਹਿੰਦਾ ਮਾਂ ਤੂੰ ਇਹ ਛੱਡ, ਗਰੀਬੀ ਗਰੂਬੀ ਛੱਡ, ਮੈਨੂੰ ਇਹ ਦੱਸ ਮਿਲਿਆ ਕਿਵੇਂ ਜਾਵੇ। ਮਾਂ ਕਹਿੰਦੀ ਪੁੱਤਰਾ ਮਿਲਿਆ ਹੀ ਨਹੀਂ ਜਾਣਾ, ਮਾਂ ਰਾਜੇ ਦਾ ਮਹਿਲ ਕਿੱਥੇ ਹੈ, ਮਹਿਲ ਦੱਸ ਦੇ ਕਿੱਥੇ ਹੈ। ਮਾਂ ਨੇ ਰਸਤਾ ਦੱਸ ਦਿੱਤਾ, ਪੁੱਤਰਾ ਇੱਧਰੋਂ ਦੀ ਜਾਏਗਾ ਉੱਥੇ ਮਹਿਲ ਹੈ, ਉਸਾਰੀ ਚੱਲਦੀ, ਉਸਾਰੀ ਜਾ ਉੱਥੇ ਚੱਲਿਆ ਜਾ, ਸ਼ਾਇਦ ਤੈਨੂੰ ਮਿਲ ਜੇ, ਪਰ ਤੈਨੂੰ ਸਮਝਾਉਂਦੀ ਹਾਂ ਕੋਈ ਕੰਮ ਕਾਰ ਕਰ ਲੈ, ਰਾਜੇ ਰੂਜੇ ਨੇ ਨਹੀਂ ਮਿਲਣਾ, ਆਪਾਂ ਛੋਟੇ ਲੋਕ ਹਾਂ, ਉਹ ਵੱਡਾ ਬੰਦਾ। ਆਪਣੀ ਮਾਂ ਨੂੰ ਕਹਿੰਦਾ ਕੋਈ ਨਾ ਮਾਂ ਤੂੰ ਮੈਨੂੰ ਰਾਹ ਦੇ ਤਾਂ, ਮੈਨੂੰ ਇਹੀ ਬਹੁਤ ਹੈ। ਤੁਰ ਪਿਆ ਰਾਜੇ ਦੇ ਮਹਿਲ ਗਿਆ, ਉੱਥੇ ਕੀ ਵੇਖਦਾ ਗੁਰਮੁਖੋ, ਕੰਮ ਚੱਲਦਾ, ਉਸਾਰੀ ਦਾ ਕੰਮ ਚੱਲਦਾ। ਰਾਜੇ ਨੂੰ ਜਾ ਕੇ ਜਦੋਂ ਮਹਿਲ ਦੇ, ਰਾਜੇ ਦੇ ਮਹਿਲ ਗਿਆ ਜਾ ਕੇ ਉਸਾਰੀ ਦੇ ਕੰਮ ਨੂੰ ਵੇਖਿਆ, ਕੰਮ ਵੇਖ ਕੇ ਉਸਾਰੀ ਦਾ ਉੱਥੇ ਦਿਹਾੜੀ ਲਾਈ, ਦਿਹਾੜੀ ਵੀ ਮੈਂ ਹੁਣ ਆਇਆ ਤੇ ਕੰਮ ਕਰਦਾ,
ਦਿਹਾੜੀ ਲਾਈ, ਸਾਰਾ ਦਿਨ ਕੰਮ ਕੀਤਾ, ਸਾਰਾ ਦਿਨ ਦਿਹਾੜੀ ਲਾਈ, ਸਾਰਾ ਦਿਨ ਕੰਮ ਕੀਤਾ। ਸ਼ਾਮ ਹੋਈ, ਮੁਨਸ਼ੀ ਲੱਗਿਆ ਦਿਹਾੜੀ ਦੇਣ। ਸ਼ਾਮ ਪਈ ਤੇ ਮੁਨਸ਼ੀ ਪੈਸੇ ਦੇਣ ਲੱਗਿਆ, ਸਭ ਨੂੰ ਬੁਲਾ ਬੁਲਾ ਕੇ ਪੈਸੇ ਦੇਵੇ, ਵਾਰੀ ਇਹ ਬੱਚੇ ਦੀ ਆਈ। ਮੁਨਸ਼ੀ ਕਹਿੰਦਾ, ਬੱਚਿਆ ਆਹ ਫੜ ਤੇਰੇ 2 ਰੁਪਈਏ। ਕਹਿੰਦਾ, ਜੀ ਮੈਂ ਪੈਸੇ ਨਹੀਂ ਲੈਣੇ। ਕਹਿੰਦਾ, ਕੀ ਲੈਣਾ? ਗੱਲ ਕਹਿ ਕੇ ਤੁਰ ਪਿਆ। ਕਹਿੰਦਾ, ਪੈਸੇ ਨਹੀਂ ਲੈਣੇ, ਬਸ ਜੋ ਲੈਣਾ ਮੈਨੂੰ ਮਿਲ ਜਾਣਾ, ਪੈਸੇ ਨਹੀਂ ਲੈਣੇ। ਦੂਜੇ ਦਿਨ ਫੇਰ ਆ ਗਿਆ, ਆ ਕੇ ਉਹਨੇ ਗੁਰਮੁਖੋਂ ਕੰਮ ਕੀਤਾ, ਸ਼ਾਮ ਵੇਲੇ ਪੈਸੇ ਨਹੀਂ ਲਏ। ਲੰਘਦਿਆਂ ਲੰਘਦਿਆਂ 3 ਦਿਨ, 4 ਦਿਨ, ਹਫ਼ਤਾ, 2 ਹਫ਼ਤੇ, 3 ਹਫ਼ਤੇ ਲੰਘ ਗਏ। ਮੁਨਸ਼ੀ ਨੂੰ ਫਿਕਰ ਪੈ ਗਈ ਵੀ ਜੇ ਰਾਜੇ ਨੂੰ ਪਤਾ ਲੱਗ ਗਿਆ ਵੀ ਮੈਂ ਦਿਹਾੜੀ ਨਹੀਂ ਦਿੱਤੀ, ਗੱਲ ਮੇਰੇ 'ਤੇ ਪੈ ਜਾਣੀ। ਉਹਨੇ ਵਜ਼ੀਰ ਨੂੰ ਕਿਹਾ, ਵਜ਼ੀਰ ਸਾਹਿਬ, ਇੱਕ ਬੱਚਾ ਹੁੰਦਾ ਜੀ, ਮਿਹਨਤ ਬਹੁਤ ਕਰਦਾ, ਕੰਮ ਬੜਾ ਕਰਦਾ, ਦਿਲੋਂ ਕੰਮ ਕਰਦਾ, ਪਰ ਵਜ਼ੀਰ ਸਾਹਿਬ ਜਾਣ ਲੱਗਿਆਂ ਪੈਸੇ ਨਹੀਂ ਲੈਂਦਾ, 3 ਹਫ਼ਤੇ ਹੋ ਗਏ ਨੇ ਜੀ, ਕੀਤਾ ਕੀ ਜਾਵੇ। ਵਜ਼ੀਰ ਕਹਿੰਦਾ, ਜੋ ਮੰਗਦਾ ਦੇ ਦਿਓ। ਕਹਿੰਦੇ, ਜੀ ਮੰਗੇ ਤਾਂ ਨਾ, ਮੰਗਦਾ ਹੀ ਕੁਛ ਨਹੀਂ, ਮੰਗੇ ਤੇ ਦੇ ਦੀਏ ਫਿਰ ਤਾਂ ਕੰਮ ਸੌਖਾ ਹੋ ਜੇ, ਜੇ ਮੰਗ ਲਵੇ, ਮੰਗਦਾ ਹੀ ਨਹੀਂ ਕੁਛ। ਵਜ਼ੀਰ ਕਹਿਣ ਲੱਗਿਆ, ਕੋਈ ਨਾ, ਮੈਂ ਆਪ ਉਹਨੂੰ ਆ ਕੇ ਪੁੱਛਾਂਗਾ, ਆਖੋ ਸਤਨਾਮ ਵਾਹਿਗੁਰੂ, ਮੈਂ ਆਪ ਆ ਕੇ ਪੁੱਛਾਂਗਾ। ਕਿੱਥੇ ਤੇ ਸਾਰਿਆਂ ਨੂੰ ਮੁਨਸ਼ੀ ਉਹ ਪੈਸੇ ਦੇਈ ਜਾਂਦਾ, ਨਿਸ਼ਕਾਮ ਭਗਤੀ ਦੀ ਪਾਵਰ ਦੇਖ ਲਓ, ਵਜ਼ੀਰ ਨੂੰ ਵੀ ਆਉਣਾ ਪਿਆ। ਆ ਗਿਆ ਵਜ਼ੀਰ, ਪਹਿਲਾਂ ਸਾਈਡ ਤੇ ਆਸਣ ਲਾ ਲਿਆ ਵੀ ਦੇਖਾਂ ਕੰਮ ਕਿੱਦਾਂ ਕਰਦਾ। ਪੂਰੀ ਤਨਦੇਹੀ ਨਾਲ ਮਿਹਨਤ ਕੀਤੀ, ਪੂਰੀ ਜਾਨ ਲਾਈ ਕੰਮ ਦੇ ਵਿੱਚ। ਕੰਮ ਕਰੇ ਨਾ ਬੰਦਾ, ਕੰਮ ਵੀ ਕਵੇ ਵੀ ਮੈਨੂੰ ਇਹ ਕਰਦਾ, ਸਾਜ ਵੱਜੇ ਸਾਜ ਵੀ ਕਵੇ ਵੀ ਮੈਨੂੰ ਇਹਨੇ ਵਜਾਉਣਾ, ਗੁਰਮੁਖੋ ਪੈਨ ਫੜਿਆ ਤੇ ਪੈਨ ਵੀ ਕਵੇ ਇਹਨੇ ਚੰਗੀਆਂ ਗੱਲਾਂ ਮੇਰੇ ਰਾਹੀਂ ਲਿਖਣੀਆਂ, ਮੋਬਾਈਲ ਫੜਿਆ ਤੇ ਮੋਬਾਈਲ ਕਵੇ ਮੇਰੇ ਚੋਂ ਜਪਜੀ ਸਾਹਿਬ ਕਰੂਗਾ, ਆਖੋ ਸਤਨਾਮ ਵਾਹਿਗੁਰੂ। ਗੰਦ ਨਹੀਂ, ਗਲਤ ਚੀਜ਼ਾਂ ਨਹੀਂ, ਡੈਡੀਕੇਸ਼ਨ ਮੰਗਦਾ, ਭਗਤੀ ਵੀ ਡੈਡੀਕੇਸ਼ਨ ਮੰਗਦੀ ਹੈ, ਕੰਮ ਵੀ ਸਮਰਪਣ ਮੰਗਦਾ। ਤੇ ਮਹਾਰਾਜ ਜੀ ਦੀ ਨਿਤਨੇਮ ਦੀ ਬਾਣੀ ਜਦੋਂ ਜਪਜੀ ਸਾਹਿਬ ਜਾਪ ਸਾਹਿਬ ਪੜ੍ਹਦੇ ਹੋ, ਉੱਥੇ ਵੀ ਸਮਰਪਣ ਚਾਹੀਦਾ, ਪੂਰੀ ਕੰਸਨਟ੍ਰੇਸ਼ਨ। ਵਜ਼ੀਰ ਨੇ ਵੇਖਿਆ ਵੀ ਕੰਮ ਤੇ ਦਿਲੋਂ ਕਰਦਾ। ਸ਼ਾਮ ਨੂੰ ਪੁੱਛਿਆ, ਬੱਚਿਆ ਤੂੰ ਰੋਜ਼ ਆਉਂਦਾ, ਦੱਸਿਆ ਮੈਨੂੰ ਮੁਨਸ਼ੀ ਨੇ ਤੇ ਪੈਸੇ ਨਹੀਂ ਲੈਂਦਾ, ਦੱਸ ਤੈਨੂੰ ਕੀ ਚਾਹੀਦਾ, ਜੇ ਪੈਸੇ ਨਹੀਂ ਲੈਣੇ ਗੱਲ ਕਰ ਕੀ ਲੈਣਾ। ਅੱਗੋਂ ਕਹਿੰਦਾ, ਜੀ ਤੁਸੀਂ ਰਾਜੇ ਹੋ, ਉਹ ਨਿਆਣਾ ਸੀ ਨਾ, ਗਰੀਬ ਸੀ, ਪਤਾ ਨਹੀਂ ਸੀ। ਕਹਿੰਦਾ, ਤੁਸੀਂ ਰਾਜੇ ਹੋ? ਕਹਿੰਦਾ, ਨਹੀਂ ਮੈਂ ਤੇ ਵਜ਼ੀਰ ਹਾਂ। ਕਹਿੰਦਾ, ਤੈਨੂੰ ਨਹੀਂ ਫਿਰ ਮੈਂ ਮਿਲਣਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਮੇਰਾ ਤੇਰੇ ਨਾਲ ਕੋਈ ਕੰਮ ਨਹੀਂ, ਤੈਨੂੰ ਨਹੀਂ ਮੈਂ ਮਿਲਣਾ। ਕਹਿੰਦਾ, ਦੱਸ ਤੇ ਸਹੀ ਕਿਹਨੂੰ ਮਿਲਣਾ, ਕੀ ਚਾਹੀਦਾ, ਕੀ ਹੈ? ਕਹਿੰਦਾ, ਬਸ ਮੈਂ ਜੋ ਲੈਣਾ ਮੈਨੂੰ ਮਿਲ ਜਾਣਾ, ਮੈਨੂੰ ਭਰੋਸਾ ਮੇਰੀ ਭਗਤੀ 'ਤੇ, ਭਰੋਸਾ ਮੈਨੂੰ ਮੇਰੀ ਮਿਹਨਤ 'ਤੇ, ਕੋਈ ਗੱਲ ਨਹੀਂ, ਤੈਨੂੰ ਨਹੀਂ ਮੈਂ ਮਿਲਣਾ, ਤੇਰੇ ਥਾਈਂ ਨਹੀਂ ਮੈਂ ਗੱਲ, ਮੇਰੀ ਕੋਈ ਤੇਰੇ ਨਾਲ ਲਿੰਕ ਨਹੀਂ, ਮੈਂ ਜੀ ਤੋਂ ਲੈਣਾ ਲੈ ਲਿਆਂਗਾ। ਸਾਧ ਸੰਗਤ ਕਹਿੰਦੇ, ਕਈ ਦਿਨ ਲੰਘੇ, ਹਫ਼ਤਾ, 1.5 ਹਫ਼ਤਾ ਹੋਰ ਲੰਘ ਗਿਆ। ਮੁਨਸ਼ੀ ਨੇ ਫਿਰ ਵਜ਼ੀਰ ਨੂੰ ਕਿਹਾ, ਵਜ਼ੀਰ ਕਹਿੰਦਾ ਵੀ ਜੇ ਰਾਜੇ ਨੂੰ ਪਤਾ ਲੱਗ ਗਿਆ ਉਹਨੇ ਮੈਨੂੰ ਪੁੱਛਣਾ ਵੀ ਤੂੰ ਜਾਂਦਾ। ਕਹਿੰਦਾ, ਮਨ ਦਾ ਹੈ ਨਹੀਂ, ਇੰਜ ਕਰੋ ਰਾਜੇ ਨੂੰ ਹੀ ਬੇਨਤੀ ਕਰੋ। ਰਾਜੇ ਨੂੰ ਕਹਿੰਦਾ, ਰਾਜਨ ਜਿੱਥੇ ਤੁਹਾਡਾ ਮਹਿਲ ਬਣਦਾ, ਇੱਕ ਬੱਚਾ ਰੋਜ਼ ਸੇਵਾ ਕਰਦਾ, ਪੈਸਾ ਨਹੀਂ ਜੀ ਕੋਈ ਲੈਂਦਾ, ਪਤਾ ਨਹੀਂ ਕੀ ਗੱਲ ਹੈ। ਅੱਗੇ ਰਾਜੇ ਧਰਮੀ ਹੁੰਦੇ ਸੀ, ਆਪ ਨੂੰ ਮਿਲੇ ਨਾ ਮਿਲੇ, ਕਹਿੰਦੇ ਭੁੱਖਾ ਪਰਜਾ ਚੋਂ ਨਾ ਕੋਈ ਸੋਵੇ। ਅੱਜ ਵਾਲੇ ਕਹਿੰਦੇ ਪਏ ਭੁੱਖੇ ਮਰਨ, ਆਪਣਾ ਢਿੱਡ ਭਰੋ। ਅੱਗੇ ਗੱਲਾਂ ਨਹੀਂ ਸੀ। ਉਹ ਕਹਿਣ ਲੱਗਿਆ, ਰਾਜਨ ਕਰਾਂ ਕੀ, ਮੈਂ ਖੁਦ ਵੀ ਜਾ ਕੇ ਪੁੱਛਿਆ, ਮੁਨਸ਼ੀ ਨੇ ਵੀ ਪੁੱਛਿਆ, ਕਿਵੇਂ ਕੋਈ ਉਪਰਾਲਾ ਕਰੀਏ। ਰਾਜਾ ਕਹਿੰਦਾ, ਅੱਛਾ ਇੰਜ ਕਰੋ, ਮਹਿਲ ਦੇ ਕੰਮ ਵਿੱਚ ਤਿਆਰੀ ਕਰੋ, ਕੁਰਸੀ ਲਾਓ, ਮੈਂ ਖੁਦ ਉਹ ਬੱਚੇ ਨੂੰ ਮਿਲਾਂਗਾ, ਖੁਦ ਸਤਨਾਮ ਸ਼੍ਰੀ ਵਾਹਿਗੁਰੂ, ਆਪ ਆ ਕੇ ਮਿਲਾਂਗਾ। ਹੁਣ ਨਿਸ਼ਕਾਮ ਭਗਤੀ ਦੀ ਪਾਵਰ। ਰਾਜਾ ਪਹੁੰਚ ਗਿਆ, ਬੁਲਾ ਲਿਆ, ਬੱਚੇ ਤੱਕ ਆ ਗਏ, ਆ ਕੇ ਪੁੱਛਿਆ,
ਬੱਚਿਆ ਤੂੰ ਰੋਜ਼ ਆਉਂਦਾ ਰੋਜ਼ ਮਿਹਨਤ ਕਰਦਾ ਪੈਸਾ ਨਹੀਂ ਕੋਈ ਲੈਂਦਾ ਦੱਸ ਤੈਨੂੰ ਕੀ ਚਾਹੀਦਾ ਮੰਗ ਕੀ ਮੰਗਦਾ ਕਹਿੰਦਾ ਜੀ ਤੁਸੀਂ ਰਾਜੇ ਹੋ ਕਹਿੰਦਾ ਹਾਂਜੀ ਚੁੱਪ ਕਰਕੇ ਖੜ ਗਿਆ ਦੇਖੀ ਜਾਵੇ ਰਾਜੇ ਵੱਲ ਵੇਖੀ ਜਾਵੇ ਰਾਜਾ ਕਹਿੰਦਾ ਉਹ ਕੀ ਵੇਖਦਾ ਕਹਿੰਦਾ ਰਾਜਨ ਜੋ ਮੈਂ ਲੈਣਾ ਸੀ ਮੈਨੂੰ ਮਿਲ ਗਿਆ ਜੋ ਲੈਣਾ ਸੀ ਮੈਨੂੰ ਮਿਲ ਗਿਆ ਕਹਿੰਦਾ ਕੀ ਲੈਣਾ ਸੀ ਕਹਿੰਦਾ ਮੈਂ ਮੇਰੀ ਮਾਂ ਨੂੰ ਕਿਹਾ ਸੀ ਮੈਂ ਰਾਜਾ ਵੇਖਣਾ ਕਿੱਦਾਂ ਦਾ ਹੁੰਦਾ ਅੱਜ ਮੈਂ ਵੇਖ ਲਿਆ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਚੱਲਿਆ ਤਿਆਰੀ ਮੇਰੀ ਵਾਪਸੀ ਵਜ਼ੀਰ ਨੇ ਕਿਹਾ ਬੱਚਿਆ ਰਾਜਾ ਖੜਾ ਮੰਗ ਲੈ ਕੁਝ ਕਹਿੰਦਾ ਜੋ ਚਾਹੀਦਾ ਸੀ ਮਿਲ ਗਿਆ ਰਾਜੇ ਦੀਆਂ ਅੱਖਾਂ ਭਰ ਗਈਆਂ ਕਹਿੰਦਾ ਵਜ਼ੀਰ ਪੈਸਾ ਨਾ ਹੋਵੇ ਤੂੰ ਵੀ ਕੋਈ ਕੰਮ ਨਹੀਂ ਕਰਦਾ ਸਾਡੀ ਵੀ ਭਗਤੀ ਕੁਛ ਰੱਬ ਨਾਲ ਮਤਲਬ ਜੀ ਬਣਦੀ ਜਾ ਰਹੀ ਹੈ ਸਾਡਾ ਵੀ ਪਿਆਰ ਮਹਾਰਾਜ ਨਾਲ ਮਤਲਬ ਹੀ ਜਾ ਹੋ ਗਿਆ ਫਲਾਨਾ ਕਰ ਦਿਓ ਜੀ ਤੇ ਉਹ ਕਰ ਦਾਂਗੇ ਆਹ ਹੋ ਜੇ ਉਹ ਕਰ ਦਾਂਗੇ ਸਤਿਗੁਰ ਕਹਿੰਦੇ ਨਹੀਂ ਇਹ ਨਾ ਰੱਖ ਭਾਵਨਾ ਰੱਖ ਮਾਲਕਾ ਆਪਣਾ ਬਣਾ ਲੈ ਬਸ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਾਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਸਾਨੂੰ ਬਸ ਤੂੰ ਚਾਹੀਦਾ ਤੇਰਾ ਕੁਝ ਨਹੀਂ ਚਾਹੀਦਾ ਦਾਤਾ ਤੂੰ ਚਾਹੀਦਾ ਬਸ ਤੂੰ ਮੇਰਾ ਹੋ ਜਾ ਆਪ ਮੇਰਾ ਹੋ ਜਾ ਜੇ ਤੂੰ ਮੇਰਾ ਹੋ ਗਿਆ ਫਿਰ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਆਪਣਿਆਂ ਦਾ ਆਪੇ ਹੀ ਹੈ ਵਾਹਿਗੁਰੂ ਫਿਰ ਤੇਰੇ ਸੇਵਕ ਕੋ ਭਉ ਕਿਛ ਨਾਹੀ ਡਰ ਨਹੀਂ ਜੀ ਉਹਦੇ ਸੇਵਕਾਂ ਨੂੰ ਕੋਈ